ਹੈਲੋ ਰੁਕਸਾਨਾ ਕਿਦਾਂ ਨਸਰੀਨ ਕੀ ਕਰਦੀ ਸੀ ਕੁਛ ਨਹੀਂ ਬਸ ਇਹ ਡਰਾਮਾ ਵੇਖਣ ਡਈ ਆ ਤੂੰ ਕੀ ਕਰਦੀ ਸੀ ਮੈਂ ਤਾਂ ਬਸ ਹਾਂਦੀ ਬੁਲਾਉਂਦੀ ਹਾਂ ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਹਾਂ ਹਾਂ ਦੱਸ ਪਰ ਪਲੀਜ਼ ਕਿਸੇ ਨੂੰ ਨਾ ਦੱਸੀ ਪਾਗਲ ਹੋਈ ਆ ਮੈਂ ਕਿਹਨੂੰ ਦੱਸਣਾ ਤੈਨੂੰ ਪਤਾ ਸ਼ਬਾਨਾ ਦੀ ਸੱਸ ਸੀਰੀਆਂ ਤੋਂ ਡਿੱਗਦੀ ਸੀ ਹਾਂ ਹਾਂ ਸੁਣਿਆ ਸੀ ਮੈਂ ਸ਼ਬਾਨਾ ਨੇ ਧੱਕਾ ਮਾਰਿਆ ਸੀ ਸ਼ਬਾਨਾ ਨੇ ਧੱਕਾ ਦਿੱਤਾ ਸੀ ਅੱਛਾ ਮੈਂ ਚੱਲਦੀ ਹਾਂ ਮੇਰੀ ਹਾਂਡੀ ਸਰਨ ਲੱਗੀ ਆ ਅੱਛਾ ਅੱਛਾ ਚੱਲ ਠੀਕ ਆ ਪਰ ਪਲੀਜ਼ ਕਿਸੇ ਨੂੰ ਦੱਸੀ ਨਾ ਨਹੀਂ ਦੱਸਦੀ ਮੈਂ ਕਿਸੇ ਨੂੰ ਬਾਈ ਸ਼ਬਾਨਾ ਨੇ ਧੱਕਾ ਦਿੱਤਾ ਸੀ ਮੇਰਾ ਢਿੱਡ ਜਾਨੂ ਜਾਨੂ ਹਾਂ ਮੇਰਾ ਢਿੱਡ ਕੀ ਖਾਧਾ ਸੀ ਚੱਲ ਤੈਨੂੰ ਹਸਪਤਾਲ ਲੈ ਜਾਂਦਾ ਨਹੀਂ ਪਤਾ ਲੱਗ ਗਿਆ ਮੈਨੂੰ ਹੈਲੋ ਅੰਮੀ ਤੁਸੀਂ ਦਾਦੀ ਬਣਨ ਲੱਗੇ ਹੋ ਆਹੋ ਪੂਰੇ ਮਹੱਲੇ ਨੂੰ ਦੱਸ ਦਿਓ ਤੁਸੀਂ ਨਹੀਂ ਨਹੀਂ ਅੰਮੀ ਕੈਂਸਲ ਕਰ ਦਿਓ ਕੈਂਸਲ ਕੈਂਸਲ ਨਹੀਂ ਚਾਹੀਦੀ ਮਿਠਾਈ ਮੈਂ ਤੁਹਾਨੂੰ ਬਾਅਦ ਚ ਕਰਦਾ ਤਾਂ ਫਿਰ ਤਕਲੀਫ ਕੀ ਆ ਤੈਨੂੰ ਮੈਨੂੰ ਨਾ ਮੈਨੂੰ ਬਸ ਸ਼ਕੀਲਾ ਦੇ ਘਰ ਲੈ ਜਾਓ ਪਲੀਜ਼ ਸ਼ਕੀਲਾ ਦੇ ਘਰ ਉੱਥੇ ਕੀ ਲੈਣ ਜਾਣਾ ਵਾ ਬਸ ਲੈ ਜਾਓ ਮੈਨੂੰ ਅੱਛਾ ਮੇਰੀ ਮਾਂ ਚੱਲ ਚੱਲ ਜਾ ਗੱਡੀ ਚ ਬੈਠਾ ਮੈਂ ਇਸ ਵੇਲੇ ਨਸਰੀਨ ਸ਼ਕੀਲਾ ਇੱਥੇ ਕੀ ਕਰ ਰਹੀ ਆ ਅੱਧੀ ਰਾਤ ਮੈਂ ਨਾ ਤੈਨੂੰ ਇੱਕ ਗੱਲ ਦੱਸਣ ਆਈ ਆ ਕੀ ਦੱਸ ਸ਼ਬਾਨਾ ਦੀ ਸੱਸ ਨਹੀਂ ਡਿੱਗ ਪਈ ਸੀ ਸੀੜੀਆਂ ਤੋਂ ਹਾਂ ਹਾਂ ਸੁਣਿਆ ਸੀ ਉਹ ਸ਼ਬਾਨਾ ਨੇ ਧੱਕਾ ਦਿੱਤਾ ਸੀ ਅੱਛਾ ਹਾਂ ਮੈਂ ਚੱਲਦੀ ਆ ਕਿਸੇ ਨੂੰ ਦੱਸੀ ਨਾ ਮੈਂ ਕਿਹਨੂੰ ਦੱਸਣਾ ਹਾਂ ਗੱਲ ਹਜ਼ਮ ਹੋ ਗਈ ਸਕੂਨ ਆ ਗਿਆ ਚਲੋ ਚੱਲੀਏ ਚੱਲੀਏ ਹੁਣ ਮੇਰਾ ਪੇਟ ਬਸ਼ੀਰ ਬਸ਼ੀਰ ਮੈਨੂੰ ਫਰਜ਼ਾਨਾ ਵੱਲ ਲੈ ਚੱਲ